ਸੁਖਜੀਤ ਦੀ ਕਹਾਣੀ ਡਮਰੂ ਦਾ ਅਗਲਾ ਹਿੱਸਾ ਉਹ ਕੁਝ ਗੁੰਗਣਾਉਣ ਲੱਗੀ ਹੈ ਪਰ ਜੀਵ ਦੰਨਾ ਥੱਲੇ ਆ ਗਈ ਹੈ ਚੰਝਲਾ ਕੇ ਉਹਨੇ ਪੈਗ ਬਣਾ ਲਿਆ ਵੱਡਾ ਸਾਰਾ ਘੁੱਟ ਭਰ ਕੇ ਮੂੰਹ ਚ ਫੇਰ ਰਹੀ ਹੈ ਜਿਵੇਂ ਜੀਵ ਨੂੰ ਟਕੋਰタル ਰਹੀ ਹੋਵੇ ਜੀਵ ਨੂੰ ਸਕੂਨ ਮਿਲ ਰਿਹਾ ਹੈ ਉਹਦੇ ਚਿਹਰੇ ਤੇ ਤਸੱਲੀ ਭਰੀ ਮੁਸਕਾਨ ਫੈਲ ਰਹੀ ਹੈ ਜਦੋਂ ਵੱਡੀ ਹੋ ਰਹੀ ਸੀ ਉਦੋਂ ਦਾਦੇ ਤੇ ਪਿਓ ਦੇ ਚੰਗੇ ਮੰਦੇ ਬੋਲਾਂ ਮਰੇ ਦਾਦੀ ਤੇ ਮਾਂ ਨੂੰ ਚੁੱਪ ਵੇਖ ਕੇ ਸੋਚਿਆ ਕਰਦੀ ਸੀ ਕਿ ਔਰਤ ਤੇ ਮਰਦ ਦੇ ਹੋਰ ਫਰਕਾਂ ਨਾਲ ਇਹ ਫਰਕ ਇਹ ਵੀ ਹੁੰਦਾ ਹੈ ਕਿ ਔਰਤਾਂ ਦੇ ਕੰਨ ਹੁੰਦੇ ਹਨ ਤੇ ਮਰਦਾਂ ਦੀ ਜ਼ੁਬਾਨ ਤਾਂ ਹੀ ਹੁਣ ਆਪਣੇ ਘਰ 'ਚ ਕਿਸੇ ਮਰਦ ਦੇ ਬੋਲ ਨਹੀਂ ਸੁਣ ਸਕਦੀ ਉਹ ਬੋਲ ਤਾਂ ਉੱਕਾ ਹੀ ਨਹੀਂ ਜਿਹੜੇ ਉਹਦਾ ਨਾਨਾ ਦਾਦਾ ਤੇ ਪਿਓ ਬੋਲਿਆ ਕਰਦਾ ਸੀ ਉਨੇ ਦਿਨੀ ਮੇਗਨਾ ਦਾ ਬੜਾ ਸਹਾਰਾ ਸੀ ਮੇਗਨਾ ਉਹ ਨੂੰ ਇੱਧਰ ਉੱਧਰ ਦਾ ਬਹੁਤ ਕੁਝ ਦੱਸਦੀ ਦੁਨੀਆ ਭਰ ਦੀਆਂ ਖਬਰਾਂ ਦਿੰਦੀ ਤੇ ਪ੍ਰੋਫੈਸਰ ਵਿਕਾਸ ਨੂੰ ਵੀ ਮਿਲਾ ਦਿੰਦੀ ਉਹ ਬਹੁਤ ਪਿਆਰ ਕਰਦਾ ਸੀ ਸਿਮਰਨ ਨੂੰ ਜਾਂ ਪਿਆਰ ਦੀਆਂ ਗੱਲਾਂ ਕਰਦਾ ਸੀ ਉਹ ਦੂਜਿਆਂ ਤੋਂ ਵੱਖਰਾ ਜਾਪਦਾ ਔਰਤ ਦੀ ਆਜ਼ਾਦੀ ਬਾਰੇ ਬੋਲਦਾ ਮਰਦ ਦੀ ਕਬਜ਼ੇ ਦੀ ਭਾਵਨਾ ਬਾਰੇ ਆਖਦਾ ਔਰਤ ਵਸਤੂ ਨਹੀਂ ਹੁੰਦੀ ਉਹਨਾਂ ਦੀਆਂ ਕਿੰਨੀਆਂ ਹੀ ਦੁਪਹਿਰਾਂ ਮੇਗਨਾ ਦੇ ਘਰ ਲੰਗਦੀਆਂ ਇੱਕ ਵਾਰੀ ਉਹ ਘਰ ਵੀ ਆਇਆ ਸੀ ਪਿਓ ਤੇ ਭਰਾ ਦੇ ਪਿੱਛੋਂ ਮਾਂ ਉਹਨੂੰ ਵੇਖ ਕੇ ਬੜਾ ਖੁਸ਼ ਹੋਈ ਸੀ ਪਰ ਉਹ ਜਿੰਨਾ ਚਿਰ ਰਿਆ ਮਾਂ ਪੱਤੇ ਵਾਂਗੂ ਕੰਬਦੀ ਰਹੀ ਉਹ ਖਾਣ ਪੀਣ ਨੂੰ ਚੀਜ਼ ਲੈਣ ਜਾਂਦੇ ਵਿੱਚ ਨਿਗਾਹ ਮਾਰਉਂਗੀ ਅਜੇ ਇੱਕ ਮੌਕੇ ਪ੍ਰੋਫੈਸਰ ਨੇ ਸਿਮਰਨ ਦੀ ਬਾਹ ਫੜ ਕੇ ਨਾਲ ਬਿਠਾ ਲਿਆ ਇੰਜ ਹੱਕ ਨਾਲ ਕੋਲ ਬਿਠਾਉਣਾ ਉਹਨੂੰ ਬੜਾ ਚੰਗਾ ਲੱਗਿਆ ਉਹਨੇ ਵਿੱਚ ਜੱਕਿਆ ਮੈਨੂੰ ਲੈ ਚੱਲ ਵਿਕਾਸ ਆਪਣੇ ਨਾਲ ਕਿਤੇ ਦੂਰ ਲੈ ਚੱਲ ਇਹ ਹੁਣ ਪ੍ਰੋਫੈਸਰ ਹੱਥੋਂ ਦੀ ਬਾਹ ਛੁੱਟ ਗਈ ਉੱਤਰ ਬੱਕੇ ਖੜਾ ਹੋ ਗਿਆ ਫਿਰ ਜਿਵੇਂ ਲੱਤਾਂ ਤੇ ਲੱਤਾਂ ਨੇ ਭਾਰ ਨਾ ਝੱਲਿਆ ਹੋਵੇ ਮੁੜ ਬੈਠ ਗਿਆ ਤੂੰ ਮੈਨੂੰ ਚੰਗਾ ਲੱਗਦਾ ਹੈ ਵਿਕਾਸ ਹੋਰਾਂ ਨਾਲੋਂ ਵੱਖਰਾ ਮੈਂ ਕਿਸੇ ਵੀ ਮਰਦ ਨਾਲ ਨਰਕ ਨਹੀਂ ਭੋਗਣਾ ਮੇਰੀ ਹੋਣੀ ਦਾ ਮੈਨੂੰ ਪਤਾ ਹੈ ਮੇਰੀ ਹੋਣੀ ਵਗਦਾ ਪਾਣੀ ਹੈ ਤੂੰ ਮੈਨੂੰ ਲੈ ਚੱਲ ਸਿਮਰਨ ਨੇ ਇੱਕ ਤਰ੍ਹਾਂ ਤਰਲਾ ਲਿਆ ਪਰ ਪ੍ਰੋਫੈਸਰ ਸਮਝਾਉਣੀਆਂ ਤੇ ਉਤਰ ਆਇਆ ਲਿਸਨ ਆਈ ਸੇ ਇੱਜ਼ਤ ਸਰਵਿਸ ਦੇਖ ਹੌਲੀ ਹੌਲੀ ਸਭ ਠੀਕ ਹੋ ਜਾਏਗਾ ਸਿਆਣੀ ਬਣ ਮੈਂ ਠੀਕ ਕਰਾਂਗਾ ਸਭ ਕੁਝ ਹੈ ਓਕੇ ਤੇ ਉਹ ਬਿਨਾਂ ਕੁਝ ਖਾਦੇ ਪੀਤੇ ਉਹਦੀ ਗੱਲ ਥਪ ਥਪਾ ਕੇ ਛੇਤੀ ਛੇਤੀ ਤੁਰ ਗਿਆ ਸੀ ਮਾ ਨੇ ਸੁੱਖ ਦਾ ਸਾਹ ਲਿਆ ਸੀ ਤੇ ਸ਼ਾਇਦ ਸਿਮਰਨ ਨੇ ਵੀ ਡਮਰੂ ਚੱਕਰ ਲਾਉਣ ਆਇਆ ਝੁਕਿਆ ਹੈ ਹੁਕਮ ਦਾ ਕੋਈ ਇਸ਼ਾਰਾ ਨਹੀਂ ਉਹ ਵਾਪਸ ਚਲਾ ਗਿਆ ਇਸ ਵਾਰੀ ਉਹਦੀ ਤੌਰ ਬਦਲੀ ਹੋਈ ਹੈ ਅੱਖਾਂ ਸੁਰਖ ਨੇ ਤੇ ਚਿਹਰਾ ਵੀ ਉਹ ਅੱਧੀ ਖਾਲੀ ਬੋਤਲ ਨੂੰ ਪੂਰੀ ਖਾਲੀ ਖਾਲੀ ਕਰ ਰਿਹਾ ਹੈ ਸਿਮਰਨ ਨੇ ਨਵੀਂ ਸਿਗਰਟ ਬਾਲੀ ਹੈ ਬੀਤੇ ਦਾ ਨਵਾਂ ਚੈਪਟਰ ਰੱਖਾਂ ਮੁਰਿਆਂ ਉਹ ਨਵਾਂ ਬੰਦਾ ਸੀ ਜੋ ਭਰਾ ਨਾਲ ਘਰ ਆਇਆ ਸੀ ਉਹਨਾਂ ਸ਼ਰਾਬ ਵੀ ਪੀਤੀ ਸੀ ਬੈਠਕ 'ਚ ਨਿੱਕ ਸੁੱਖ ਪਹੁੰਚਾਉਣ ਦਾ ਆਰਡਰ ਭਰਾਣੇ ਸਿਮਰਨ ਨੂੰ ਦਿੱਤਾ ਸੀ ਉਹ ਬੰਦਾ ਖਾ ਪੀ ਘਟ ਰਿਹਾ ਸੀ ਸਿਮਰਨ ਨੂੰ ਜ਼ਿਆਦਾ ਤਾੜ ਰਿਹਾ ਸੀ ਗੱਲਾਂ ਤੋਂ ਪਤਾ ਲੱਗਾ ਸੀ ਉਹ ਕਾਫੀ ਸਮੇਂ ਤੋਂ ਇੱਥੇ ਹੀ ਬੈਂਕ ਮੈਨੇਜਰ ਹੈ ਹੁਣ ਉਹਦੀ ਬਦਲੀ ਪੰਜਾਬ ਤੋਂ ਬਾਹਰ ਹੋਣ ਵਾਲੀ ਹੈ ਉਹ ਬਾਰ-ਬਾਰ ਭਰਾ ਨੂੰ ਕਹਿ ਰਿਹਾ ਸੀ ਸੇਵਾ ਦੱਸ ਛੋਟੇ ਭਾਈ ਕੋਈ ਸੇਵਾ ਕਿਰਮ ਪਰਖਦਾ ਸਹੀ ਕੀ ਪੁਰਜੀਆਂ ਜਗੀਆਂ ਬਣਾਈ ਜਾਣਾ ਹੱਥ ਮਿਲਾ ਕੇ ਰਾਂ ਕਰੋੜਾਂ 'ਚ ਖੇਡਣ ਲਾ ਦੂ ਡੀਅਰ ਕਰੋੜਾਂ ਸਿਮਰਨ ਨੂੰ ਲੱਗਿਆ ਜਿਵੇਂ ਉਹ ਉਹਨੂੰ ਸੁਣਾ ਰਿਹਾ ਹੋਵੇ ਜਾਣ ਵੇਲੇ ਉਹਨੇ ਪਿਓ ਤੇ ਮਾਂ ਦੇ ਪੈਰੀਂ ਹੱਥ ਲਾਏ ਸਨ ਭਰਾ ਨੂੰ ਜਫੀ ਪਾਈ ਸੀ ਤੇ ਸਿਮਰਨ ਨੂੰ ਹੱਥੇ ਲਾ ਕੇ ਬਾਏ ਗਿਆ ਸੀ ਉਹਦੇ ਜਾਣ ਪਿੱਛੋਂ ਘਰ 'ਚ ਉਹਦੀਆਂ ਹੀ ਗੱਲਾਂ ਹੁੰਦੀਆਂ ਰਹੀਆਂ ਸਨ ਭਰਾ ਤਾਂ ਉਹਦੀਆਂ ਸਿਫਤਾਂ ਦੇ ਪੋਲ ਦੇ ਪੋਲ ਉਸਾਰ ਰਿਹਾ ਸੀ ਤੇ ਸਿਮਰਨ ਦੀ ਛੇਵੀਂ ਇੰਦਰੀ ਕਹਿ ਰਹੀ ਸੀ ਸਿਮਰਨ ਬੱਚੀਏ ਹੋਵੇ ਨਾ ਹੋਵੇ ਤੇਰਾ ਪਾਣੀ ਹੈ ਨਾ ਪੁਲਾ ਹੀਠਾਂ ਲੰਘੂ ਉਹੀ ਗੱਲ ਹੋਈ ਸੀ ਮਿਸਟਰ ਮੈਨੇਜਰ ਜੋ ਸਿਮਰਨ ਤੋਂ ਡੇਢੀ ਉਮਰ ਦਾ ਸੀ ਬੱਚਾ ਨਾ ਹੋਣ ਕਰਕੇ ਪਹਿਲੀ ਪਤਨੀ ਤੋਂ ਤਲਾਕ ਲੈ ਚੁੱਕਾ ਸੀ ਮਾਪੇ ਗੁਜ਼ਰ ਚੁੱਕੇ ਸਨ ਕੱਲਾਈ ਸੀ ਨਾ ਕੋਈ ਅੱਗੇ ਨਾ ਪਿੱਛੇ ਉਹਨਾਂ ਦੇ ਘਰ ਤੇ ਛਾ ਗਿਆ ਸੀ ਉਹਨੇ ਭਰਾ ਦੇ ਜਨਮ ਦਿਨ ਤੇ ਸੋਨੇ ਦੀ ਚੇਨ ਗਿਫਟ ਕੀਤੀ ਸੀ 5 ਤੋਲੇ ਦੀ ਉਸ ਨਾਲ ਵਿਆਹ ਦੀ ਗੱਲ ਤੁਰ ਪਈ ਸੀ ਤੇ ਸਿਮਰਨ ਚੁੱਪ ਸੀ ਨਾ ਹਾਂ ਨਾ ਨਾ ਮੇਘਨਾ ਆਈ ਸੀ ਧੱਕੇ ਨਾਲ ਘਰ ਲੈ ਗਈ ਇਓ ਅੱਖਾਂ ਮੀਚੀਆਂ ਤਾਂ ਨਹੀਂ ਸਰਨਾ ਮੈਨੂੰ ਦਿਸ ਰਿਹਾ ਸਿਮਰਨ ਸਾਹਮਣੇ ਖੂਹ ਹੈ ਫਿਰ ਜਾਣਬੁੱਝ ਕੇ ਮੇਘਨਾ ਫਿਕਰਮੰਦ ਸੀ ਸਿਮਰਨ ਹੱਸੀ ਸੀ ਬੇਰੰਗ ਜਿਹਾ ਹੱਸਾ ਪ੍ਰੋਫੈਸਰ ਵੀ ਆ ਗਿਆ ਸੀ ਬੇਸਿਰ ਪੈਰ ਦੀਆਂ ਮਾਰਦਾ ਰਿਹਾ ਸੀ ਤੂੰ ਇੰ ਇਉਂ ਚੁੱਪ ਨਾ ਰਹਿ ਤੂੰ ਸਾਫ਼ ਨਾ ਕਰ ਦੇ ਹਾਲਾਤ ਤੋਂ ਭੱਜਣਾ ਨਹੀਂ ਬਦਲਣਾ ਚਾਹੀਦਾ ਬਿਜੀ ਨਾਲ ਗੱਲ ਕਰੀਏ ਕੁਝ ਸਮਝ ਨਹੀਂ ਆਉਂਦਾ ਮੈਂ ਕੀ ਕਰਾਂ ਮੈਨੂੰ ਦੱਸ ਉਹ ਸਿਮਰਨ ਨਾਲ ਅੱਖ ਨਹੀਂ ਸੀ ਮਿਲਾ ਰਿਹਾ ਕਦੇ ਮੱਥਾ ਫੜ ਲੈਂਦਾ ਕਦੇ ਨੌ ਨਾਲ ਕੁਰਸੀ ਦੀ ਬਾਹ ਖੁਰਚਦਾ ਕਦੇ ਪੈਰ ਨਾਲ ਜ਼ਮੀਨ ਤੇ ਘੇਰੇ ਬਣ ਜੇ ਬਣਾਉਂਦਾ ਸਿਮਰਨ ਉਹਦੀ ਦੁਚਿੱਤੀ ਤਾੜ ਕੇ ਫਿਰ ਹੱਸ ਪਈ ਉਹ ਚੌਕਿਆ ਤਾਂ ਸਿਮਰਨ ਬੋਲੀ ਕਿਤੇ ਘੁੰਮਣ ਚਲੀਏ ਪਰ ਤੇਰੇ ਘਰ ਦੇ ਪ੍ਰੋਫੈਸਰ ਤਰਪ ਗਿਆ ਸੀ ਵਿਆਹ ਦੀ ਸ਼ਾਪਿੰਗ ਨਹੀਂ ਕਰਨੀ ਸਿਮਰਨ ਸਹਿਜਤਾ ਨਾਲ ਬੋਲੀ ਸੀ ਹਾਂ ਹਾਂ ਜ਼ਰੂਰ ਉਹ ਹੜਬੜਾ ਗਿਆ ਸੀ ਦੂਜੇ ਦਿਨ ਸਿਮਰਨ ਮਾਂ ਨੂੰ ਦੱਸ ਕੇ ਮੇਘਨਾ ਨਾਲ ਸ਼ਹਿਰ ਤੁਰ ਗਈ ਸੀ ਉੱਥੇ ਪ੍ਰੋਫੈਸਰ ਵੀ ਆ ਗਿਆ ਸੀ ਸਿਮਰਨ ਨੇ ਸ਼ਾਪਿੰਗ ਕਾਟ ਤੇ ਖਰਮਸਤੀ ਵਧ ਕੀਤੀ ਸੀ ਉਹ ਦੁਕਾਨਦਾਰਾਂ ਤੱਕ ਨੂੰ ਮੁਖੌਲ ਕਰਦੀ ਰਹੀ ਸੀ ਜਿਸ ਚੀਜ਼ ਨੂੰ ਜੀ ਕਰਦਾ ਉਹ ਖਾਂਦੀ ਤੇ ਖਵਾਉਂਦੀ ਰਹੀ ਸੀ ਖੱਟਾ ਮਿੱਠਾ ਨਮਕੀਨ ਤੱਤਾ ਠੰਡਾ ਜੀਵਨ ਦੇ ਜੋ ਸਵਾਦ ਉਸ ਨਈ ਸਨ ਚੱਖਿਆ ਜ ਸਭ ਚੱਖਣੇ ਚਾਹੁੰਦੀ ਸੀ ਮੇਗਨਾ ਦਾ ਦੋਸਤ ਅਚਾਨਕ ਮਿਲ ਗਿਆ ਜੇ ਘਰੋਂ ਪ੍ਰੋਗਰਾਮ ਬਣਾ ਕੇ ਗਏ ਸੀ ਪਰ ਸਿਮਰਨ ਲਈ ਚੰਗਾ ਹੀ ਹੋਇਆ ਉਹ ਪ੍ਰੋਫੈਸਰ ਨਾਲ ਇਕੱਲੇ ਰਹਿਣਾ ਚਾਹੁੰਦੀ ਸੀ ਆਪਣੀ ਮਰਜ਼ੀ ਦੀਆਂ ਚਾਹਤ ਦੀਆਂ ਰੱਜ ਕੇ ਗੱਲਾਂ ਕਰਨੀਆਂ ਚਾਹੁੰਦੀ ਸੀ ਪਰ ਪ੍ਰੋਫੈਸਰ ਡਰ ਗਿਆ ਸੀ। ਉਹਨੇ ਮਨੋਵਿਗਿਆਨ ਦੀਆਂ ਲੀਹਾਂ ਤੇ ਚੱਲਦਿਆਂ ਸਿੱਟਾ ਕੱਢਿਆ ਕਿ ਸਿਮਰਨ ਜੀਏਗੀ ਨਹੀਂ। ਅਵਲ ਤਾਂ ਅੱਜ ਰਾਤ ਹੀ ਨਹੀਂ ਵਿਆਹ ਤੋਂ ਪਹਿਲਾਂ ਤਾਂ ਜ਼ਰੂਰ ਮਰ ਜਾਏਗੀ। ਉਹਨੇ ਕਿਹਾ ਸੀ, "ਦੇਖ ਸਿਮਰਨ, ਮੌਤ ਕਿਸੇ ਚੀਜ਼ ਦਾ ਹੱਲ ਨਹੀਂ। ਖੁਦਕੁਸ਼ੀ ਬੁzdਿਲ ਕਰਦੇ ਐ।" ਸਿਮਰਨ ਉਹਦੀ ਗੱਲ ਕੱਟ ਕੇ ਬੋਲੀ ਸੀ, "ਕੁਝ ਸੂਟ ਇੱਥੇ ਸੀਣੇ ਦੇ ਦਈਏ।" ਪੁਲੈਂਡ ਦੇ ਬਹਾਨੇ ਦੋ ਦਿਨਾਂ ਬਾਅਦ ਫੇਰ ਆ ਜਾਾਂਗੇ ਇਹਨਾਂ ਸੁਣ ਕੇ ਪ੍ਰੋਫੈਸਰ ਦਾ ਮਨੋਵਿਗਿਆਨ ਘਰਿਆ ਤਰਾਇਆ ਰਹਿ ਗਿਆ ਕਸੇ ਪਿਟੇ ਪੁਰਾਣੇ ਖਿਆਲ ਨੂੰ ਦੁਹਰਾਣ ਲੱਗਾ ਕਿ ਔਰਤ ਜ਼ਾਤ ਨੂੰ ਕੋਈ ਨਹੀਂ ਸਮਝ ਸਕਦਾ ॠषि मुनि ਵੀ ਨਹੀਂ ਉਹਨੂੰ ਸੋਚਵਾਨ ਤੇ ਚੁੱਪ ਦੇਖ ਸਿਮਰਣ ਬੋਲੀ ਸੀ ਤੂੰ ਕਦੇ ਅੱਜ ਚ ਨਹੀਂ ਜਿਉ ਸਕਦਾ ਤੇ ਉੱਠ ਕੇ ਹੋਟਲ ਤੋਂ ਬਾਹਰ ਆ ਗਈ ਸੀ ਘਰ ਪਿਓ ਤੇ ਭਰਾ ਔਖੇ ਹੋਏ ਤਾਂ ਮਾਂ ਨੇ ਇਹ ਕਹਿ ਕੇ ਟਾਲ ਦਿੱਤਾ ਕੁੜੀਆਂ ਕਤਰੀਆਂ ਦੀਆਂ ਸੋਵ ਪਰਦੇ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਉਸੇ ਲੀਨ ਨਾਲ ਜਾ ਕੇ ਖਰੀਦ ਸਕਦੀ ਸੀ ਪਰ ਦੋ ਦਿਨਾਂ ਬਾਅਦ ਉਹਨਾਂ ਮਾਂ ਨੂੰ ਮੱਲੋ ਜ਼ੋਰੀ ਨਾਲ ਤੋੜ ਦਿੱਤਾ ਸੀ ਉਧਰ ਸਿਮਰਨ ਨੇ ਵੀ ਮਰਨ ਮਿੱਟੀ ਚੁੱਕੀ ਹੋਈ ਸੀ ਵਰਿਆਂ ਤੋਂ ਭਰ ਰਿਆ ਰੋਹ ਦਾ ਪਿਆਲਾ ਨਕੋ ਨਕ ਹੋਇਆ ਪਿਆ ਸੀ ਮਾਂ ਪਿਓ ਦੀ ਬੇਤਬਾਰੀ ਉਹਨੂੰ ਤੋੜਨ ਤੱਕ ਲੈ ਗਈ ਸਿਮਰਨ ਨੇ ਮਾਂ ਨੂੰ ਆਖਦਾ ਸਾਫ਼ ਗੱਲ ਹੈ ਮਾਂ ਮੈਂ ਤੇ ਮੇਗਨਾ ਨੇ ਫਿਲਮ ਦੇਖਣੀ ਹੈ ਤੂੰ ਕਿਸੇ ਗੁਰਦੁਆਰੇ ਕੀਰਤਨ ਸੁਣ ਲੈ ਦੋ ਘੜੀ ਉਹ ਜਾਣੇ ਆਖ ਮੰਗ ਗੁਰਦੁਆਰੇ ਚਲੀ ਗਈ ਸੀ ਤੇ ਜਾਂਦੀ ਜਾਂਦੀ ਦੋਵੇਂ ਹੱਥ ਜੋੜੇ ਨਹੀਂ ਆਕ ਸਕੀ ਮੇਰੇ ਹੱਥਾਂ ਵੱਲ ਵੇਖੀ ਧੀ ਝਾਟਾ ਨਾ ਪਟਾਈ ਮੇਰਾ ਮੇਗਨਾ ਆਪਣੇ ਦੋਸਤ ਨਾਲ ਤੁਰ ਗਈ ਤੇ ਸਿਮਰਨ ਪ੍ਰੋਫੈਸਰ ਨਾਲ ਹੋਟਲ ਆ ਗਈ ਉਹਨਾਂ ਹਾਲ 'ਚ ਬੈਠ ਕੇ ਚਾਹ ਮੰਗਵਾਈ ਪ੍ਰੋਫੈਸਰ ਗੱਲਾਂ ਕਰਦਾ ਨਾਲੋਂ ਨਾਲ ਕਮਰਾ ਬੁੱਕ ਕਰਵਾਉਣ ਜਾਂ ਨਾ ਕਰਾਉਣ ਬਾਰੇ ਸੋਚ ਰਿਹਾ ਸੀ ਨਾਲ ਹੀ ਪਿਛਲੇ 2 ਦਿਨ ਜਿਹੜੀ ਉਹਨੇ ਅੱਜ ਲਈ ਨਵੀਂ ਮਨੋਵਿਗਿਆਨਕ ਤਿਆਰੀ ਕੀਤੀ ਸੀ ਉਹਦੇ ਬਾਰੇ ਲੈਕਚਰ ਦੇਣ ਲੱਗਾ ਸਿਮਰਣ ਨੇ ਮਨਚ ਸੋਚਿਆ ਸੀ ਕਾਸ਼ ਪ੍ਰੋਫੈਸਰ ਨੇ ਮਨੋਵਿਗਿਆਨ ਤੋਂ ਬਿਨਾ ਸਰੀਰ ਵਿਗਿਆਨ ਦਾ ਕੋਈ ਚੈਪਟਰ ਵੀ ਪੜ੍ਹਿਆ ਹੁੰਦਾ ਉਹਨੇ ਮਨ ਹੀ ਮਨ ਆਖਿਆ ਮੈਂ ਜੋ ਚਾਹੁੰਦੀ ਰਹੀਆਂ ਪ੍ਰੋਫੈਸਰ ਉਹ ਮੈਨੂੰ ਮਿਲਿਆ ਨਹੀਂ ਮੈਂ 20 ਬਰੇ ਜਿਹੜਾ ਕੁਝ ਸਾਹਮਣੇ ਰੱਖਿਆ ਉਹ ਜਿਸ ਬੰਦੇ ਨੂੰ ਸੌਂਪਣਾ ਸੀ ਉਹ ਤੂੰ ਨਹੀਂ ਪਰ ਫਿਰ ਵੀ ਤੂੰ ਮੇਰੇ ਵਾਂਗੂੰ ਅਣ ਲੱਗਦਾ ਹੈ ਮਿਸਟਰ ਮੈਨੇਜਰ ਵਾਂਗੂੰ ਸੈਕੰਡ ਹੈਂਡ ਤਾਂ ਨਹੀਂ ਉਹ ਜੇ ਸੋਚ ਹੀ ਰਹੀ ਸੀ ਇਹ ਗੱਲਾਂ ਕਿ ਪ੍ਰੋਫੈਸਰ ਨੂੰ ਆਖੇ ਜਾਣਾ ਕਿ ਬਾਹਰੋਂ ਮਿਸਟਰ ਮੈਨੇਜਰ ਆ ਗਿਆ। ਬੜੇ ਹੱਕ ਨਾਲ ਕੁਰਸੀ ਖਿੱਚ ਕੇ ਬੈਠ ਗਿਆ ਤੇ ਜਿਵੇਂ ਸਭ ਕੁਝ ਜਾਣਦਾ ਹੋਵੇ ਪ੍ਰੋਫੈਸਰ ਨੂੰ ਆਖਣ ਲੱਗਾ ਚੰਗਾ ਹੋਇਆ ਤੁਸੀਂ ਵੀ ਮਿਲ ਗਏ। ਛੋਟੇ ਨੇ ਕਿਹਾ ਸੀ ਸਿਮਰਨ ਹੋਣੀ ਸ਼ੌਪਿੰਗ ਕਰਨ ਲਈ ਗਈਆਂ ਨੇ ਤੁਸੀਂ ਵੀ ਚਲੇ ਜਾਓ। ਪਰ ਮਾਂ ਜੀ ਸਿਮਰਨ ਆਪਣੇ ਤੇ ਕਾਬੂ ਪਾ ਚੁੱਕੀ ਸੀ ਪਰ ਪ੍ਰੋਫੈਸਰ ਬਹੁਤ ਘਬਰਾ ਗਿਆ ਸੀ। ਨਹੀਂ ਨਹੀਂ ਮੈਂ ਤਾਂ ਅਚਾਨਕ ਸਿਮਰਨ ਮੇਰੀ ਸਟੂਡੈਂਟ ਹੈ। ਅਚਾਨਕ ਮਿਲ ਪਈ। ਸ਼ਹਿਰ ਚ ਪਹਿਲੀ ਵਾਰ ਮਿਲਿਆ ਨਾ ਸੋਚਿਆ ਚਾਹ ਪੀ ਲਈਏ ਸਿਮਰਨ ਸਾਡੇ ਕਾਲਜ ਦੀ ਸਭ ਤੋਂ ਵਧੀਆ ਸਟੂਡੈਂਟ ਹੈ ਕੱਲ ਕਾਲਜ ਨਹੀਂ ਸੀ ਆਈ ਮੈਂ ਸੋਚਿਆ ਪੁੱਛ ਲਵਾਂ ਠੀਕ ਤਾਂ ਹੈ ਪ੍ਰੋਫੈਸਰ ਨੂੰ ਇਹ ਵੀ ਭੁੱਲ ਗਿਆ ਸੀ ਵੀ ਕੱਲ ਐਤਵਾਰ ਸੀ ਤੇ ਸਿਮਰਨ ਨੂੰ ਕਾਲਜ ਤੋਂ ਹਟੇ ਨੂੰ ਕਿੰਨੇ ਦਿਨ ਹੋ ਗਏ ਪ੍ਰੋਫੈਸਰ ਕਹਿ ਰਿਹਾ ਸੀ ਪਰ ਸਿਮਰਨ ਤੁਸੀਂ ਦੱਸਿਆ ਹੀ ਨਹੀਂ ਮਾਂ ਜੀ ਨਾਲ ਨੇ ਕਿੱਥੇ ਨੇ ਬੁਲਾਓ ਉਹਨਾਂ ਨੂੰ ਮਿਸਟਰ ਮੈਨੇਜਰ ਖੁਸ਼ ਹੋ ਰਿਹਾ ਸੀ ਪ੍ਰੋਫੈਸਰ ਦੀ ਹਾਲਤ ਉੱਤੇ ਸਿਮਰਨ ਨੂੰ ਇੱਕ ਚੜਦੀ ਕ ਲੈਦੀ ਸੀ ਸਿਮਰਨ ਨੇ ਬੇਰੁਖੀ ਨਾਲ ਕੇ ਮਾਂਜੀ ਗੁਰਦੁਆਰੇ ਗਏ ਨੇ ਮੇਗਨਾ ਫਿਲਮ ਦੀਆਂ ਟਿਕਟਾਂ ਲੈਣ ਅਸੀਂ ਸਾਰਿਆਂ ਫਿਲਮ ਵੇਖਣੀ ਹੈ ਉਹਨੇ ਪ੍ਰੋਫੈਸਰ ਨੂੰ ਵਿੱਚੇ ਜੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਇੱਕ ਲੱਤ ਖੜਾ ਹੋ ਗਿਆ ਠੀਕ ਹੈ ਤੁਸੀਂ ਫਿਲਮ ਦੇਖੋ ਮੈਂ ਚੱਲਦਾ ਸਟੂਡੈਂਟ ਤੇ ਟੀਚਰ ਦਾ ਬਾਪ ਬੇਟੀ ਵਾਲਾ ਰਿਸ਼ਤਾ ਹੁੰਦਾ ਹੈ ਪ੍ਰੋਫੈਸਰ ਖਬਰਾਂ ਚ ਪਤਾ ਨਹੀਂ ਕੀ ਕੀ ਕਹਿ ਰਿਹਾ ਸੀ ਉੱਠਣ ਲੱਗੇ ਤਾਂ ਹੱਥ ਵੱਜ ਕੇ ਪਾਣੀ ਦਾ ਗਲਾਸ ਉਲਟ ਗਿਆ ਸਿਮਰਨ ਨੂੰ ਇੰਨਾ ਗੁੱਸਾ ਚੜਿਆ ਕਿ ਦੋਨਾਂ ਨੂੰ ਉੱਥੇ ਛੱਡ ਪੈਰ ਪਟਕਦੀ ਹੋਟਲ ਤੋਂ ਬਾਹਰ ਆਗੇ ਮਿਸਟਰ ਮੈਨੇਜਰ ਮਗਰਪੱਜਿਆ ਪਰ ਜਦ ਨੂੰ ਆਟੋ ਚ ਬੈਠ ਚੁੱਕੀ ਸੀ ਗੁਰਦੁਆਰਾ ਦੁੱਖ ਨਿਵਾਰਨ ਉਹਨੇ ਇੰਨੀ ਜ਼ੋਰ ਨਾਲ ਕਿਹਾ ਕਿ ਆਟੋ ਵਾਲੇ ਨੇ ਮੁੜ ਕੇ ਉਹਦੇ ਮੂੰਹ ਹਾਲ ਵੇਖਿਆ ਪਰ ਉਹਨੂੰ ਕੋਈ ਪਰਵਾਹ ਨਹੀਂ ਸੀ ਉਹਨੇ ਆਟੋ ਦੇ ਫਰਸ਼ ਤੇ ਜ਼ੋਰ ਨਾਲ ਪੈਰ ਮਾਰਿਆ ਤੇ ਬੜਬੜਾਈ ਰਿਸ਼ਤਾ ਬਾਪ ਬੇਟੀ ਮਾਈ ਫੁੱਟ ਪਰੇਸ਼ ਬਦ ਆਟੋ ਦੀ ਆਵਾਜ਼ ਛ ਦਬ ਗਏ ਗੁੱਸਾ ਹੁਣ ਵੀ ਆਇਆ ਉਹ ਸਾਰਾ ਕੁਝ ਯਾਦ ਕਰ ਕਸੀ ਸਵੱਟੀ ਐ ਤੇ ਨੀਟ ਪੈਗ ਅੰਦਰ ਸੁੱਟ ਲਿਆ ਕਵਿਆਤੂ ਕੁਝ ਦਿਨ ਪਹਿਲਾਂ ਜਦੋਂ ਮਿਸਟਰ ਮੈਨੇਜਰ ਨੇ ਸਿਮਰਨ ਦੇ ਪਸੰਦ ਦੀਆਂ ਚੀਜ਼ਾਂ ਖਰੀਦਣ ਲਈ ਫੋਨ ਕੀਤਾ ਸੀ ਤਾਂ ਸਿਮਰਨ ਨੇ ਗੁੱਸੇ ਨਾਲ ਕਹਿਤਾ ਸੀ ਇਹ ਸਭ ਕੁਝ ਧਰਿਆ ਤਰਾਇਆ ਰਹਿ ਜਾਣਾ ਮਿਸਟਰ ਮੈਨੇਜਰ ਤੁਸੀਂ ਮੇਰਾ ਯਕੀਨ ਕਰੋ ਮੈਨੂੰ ਪਾ ਨਹੀਂ ਸਕੋਗੇ ਮੈਂ ਤੁਹਾਡੇ ਮਾਪਿਆਂ ਨੂੰ ਜ਼ਬਾਨ ਦੇ ਚੁੱਕਿਆ ਸਿਮਰਨ ਮੈਂ ਉਹਨਾਂ ਭਲੇ ਲੋਕਾਂ ਦਾ ਦਿਲ ਨਹੀਂ ਤੋੜ ਸਕਦਾ ਮੈਂ ਤੈਨੂੰ ਹਰ ਤਰ੍ਹਾਂ ਨਾਲ ਸੁਖੀ ਰੱਖਾਂਗਾ ਸਿਮਰਨ ਉਹ ਆਵਾਜ਼ ਅਜਿਹੀ ਲਿਆ ਰਿਹਾ ਸੀ ਪਰ ਸਿਮਰਨ ਨੇ ਉਹਦਾ ਖਤਰਾਪਨ ਫੜ ਲਿਆ ਸੀ। ਉਹਨੂੰ ਫੋਨ ਉੱਤੇ ਵੀ ਉਹਦੀਆਂ ਅੱਖਾਂ ਦਿਸਦੀਆਂ ਜਿਹੜੀਆਂ ਉਹਦੇ ਬੋਲਾਂ ਦਾ ਸਾਥ ਨਹੀਂ ਸੀ ਦਿੰਦੀਆਂ ਤੇ ਸਿਮਰਨ ਉਹਦੀ ਆਵਾਜ਼ ਨਾਲ ਇਹ ਸੁਣਦਾ ਸੀ ਕਿ ਤੂੰ ਮੇਰੇ ਇੱਕ ਵਾਰੀ ਕਾਬੂ ਆ ਜਾ ਦੇਖੀਂ ਫੇਰ। ਧੰਨਵਾਦ। ਚਲਦਾ।